ਹਾਂਜੀ ਸਤਿ ਸ਼੍ਰੀ ਅਕਾਲ ਜੀ। ਅਤੇ ਸਵੇਰ ਦੀ ਮੋਰਨਿੰਗ ਹੋ ਚੁੱਕੀ ਹੈ ਅਤੇ ਮੀਂਹ ਨੇ ਬਹੁਤ ਕੰਮ ਖਰਾਬ ਕੀਤਾ ਹੈ। ਮੈਂ ਚਾਰ ਚੁਫੇਰੇ ਵੇਖਾਂ, ਦੋ ਵਾਰੀ ਉੱਠ ਕੇ ਫਿਰ ਦਿਲ ਨੂੰ ਤਸੱਲੀ ਦੇ ਉਹਨਾਂ, ਪਾਣੀ ਬਹੁਤ ਜ਼ਿਆਦਾ ਬਾਹਰ ਸੋਤਾ ਅਤੇ ਹੁਣ ਸਮਝ ਨਹੀਂ ਆਉਣ ਡੀ ਕੀ ਕਰੀਏ, ਬਿਲਕੁਲ ਹੀ ਸਮਝ ਤੋਂ ਬਾਹਰ ਹੋਇਆ ਕੰਮ, ਇੰਨਾ ਪਾਣੀ ਪਾਣੀ ਹੋ ਗਿਆ। ਜਿਹੜਾ ਪਹਿਲਾਂ ਤਾਂ ਮੀਂਹ ਠੀਕ ਰਿਹਾ ਸੀ ਅਤੇ ਜਿਹੜਾ ਲਾਸਟ 'ਤੇ ਪੈ ਗਿਆ ਨਾ ਰਾਤ ਮੁੜ ਕੇ 10 ਕੁ ਵਜੇ, ਉਹ ਤਾਂ ਬਹੁਤ ਜ਼ਿਆਦਾ ਹੀ ਪੈ ਗਿਆ, ਉਹਨੇ ਪਾਣੀ ਪਾਣੀ ਖਿਲਾਰਤਾ। ਹੁਣ ਮੁਸ਼ਕਲ ਹੋ ਗਿਆ ਕੰਮ ਉੱਥੇ ਪ੍ਰੋਗਰਾਮ ਦਾ, ਹੁਣ ਸਮਝ ਲੱਗਣ ਦੀ ਕੀ ਕਰੀਏ। ਘਰ ਇੰਨੀ ਸੰਗਤ ਨਹੀਂ ਸਾਂਭੀ ਜਾਣੀ, ਵੇਖਦੇ ਹੁਣ ਕੋਈ ਇੰਤਜ਼ਾਮ ਕਰਦੇ, ਕੋਈ ਸਮਝ ਨਹੀਂ ਲੱਗਣ ਦੀ ਕੁਛ। ਡੈਕੋਰੇਸ਼ਨ ਵਾਲੇ ਵਿਚਾਰੇ ਸੁੱਤੇ ਆ ਗਏ, ਹੁਣ ਦਿਹਾੜੀ ਦੇ ਬੰਦੇ ਲਾ ਕੇ ਨਾ ਉੱਥੇ ਪਾਣੀ ਪੂਣੀ ਕਢਾਉਂਦੇ ਹਨ, ਕਿਉਂਕਿ ਜਗ੍ਹਾ ਜਿਹੜੀ ਆ ਉਹ ਆਪਣੇ ਕੋਲ ਘਰ ਥੋੜ੍ਹੀ, ਉੱਥੇ ਨਹੀਂ ਅਰੇਂਜਮੈਂਟ ਹੋਣਾ। ਹੁਣ ਪਾਣੀ ਹੀ ਸੁਕਾਇਆ ਜਾਊਗਾ ਅਤੇ ਪਾਣੀ ਸੁਕਾ ਕੇ ਹੀ ਕੰਮ, ਟੈਂਟ ਵਾਲੀ ਸਾਰੀ ਜਗ੍ਹਾ ਬਦਲਣੀ ਪਈ ਆ, ਉਹਨੂੰ ਦੁਬਾਰੇ ਲਾਉਣਾ ਪਿਆ। ਅਤੇ ਆਹ ਮਿੱਟੀ ਮੁੱਟੀ ਜਿਹੜੀ ਵੀਰ ਪਾਣੀ ਹਾਰ ਕੇ ਵਿਚਾਰਿਆਂ ਕੋਲ ਚੁਕਾਇਆ, ਉਹਨਾਂ ਨੂੰ ਗਿੱਲਾ ਜਿਹੜਾ ਸੀ ਉਹ ਕੰਮ ਕਿੰਨਾ ਹੀ ਗਿੱਲਾ ਹੋ ਗਿਆ, ਬਹੁਤ ਜ਼ਿਆਦਾ ਹੀ ਆ। ਸਾਰਾ ਨਵੇਂ ਸਿਰੋਂ ਤਿਆਰੀ ਕਰਾਉਣੀ ਪੈਂਦੀ, ਬਾਕੀ ਤਾਂ ਜੇ ਚੱਲੇ ਡਿਆ ਕੰਮ ਇਹ ਤਾਂ ਬਾਕੀ ਫਾਈਨਲ ਹੋਊਗਾ, ਫਿਰ ਹੀ ਪਤਾ ਲੱਗੂਗਾ। ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਯੂਟਿਊਬ ਚੈਨਲ 'ਤੇ ਸਵਾਗਤ ਕਰਦੇ ਹਾਂ। ਮੀਨ ਕੱਲ੍ਹ 'ਤੇ ਸਾਰੇ ਬਹੁਤ ਕੈਂਟ ਹੋ ਗਏ ਅਤੇ ਅੱਜ ਦੇ ਵਲੋਗ ਦੀ ਸ਼ੁਰੂਆਤ ਅਸੀਂ ਕਰ ਲੱਗੇ ਮੋਰਨਿੰਗ ਤੋਂ, ਅਤੇ ਮੇਕਅਪ ਦੀ ਵੀ ਕਰਨ ਵਾਸਤੇ ਆ ਗਏ। ਹਮੇਸ਼ਾ ਮੇਕਅਪ ਜਿਹੜਾ ਮੇਰਾ ਇੰਨਾ ਕੁ ਹੁੰਦਾ ਅਤੇ ਤੁਹਾਨੂੰ ਵੇਖਣ ਵਾਲੀ ਲੁੱਕ ਜਿਹੜੀ ਫਾਈਨਲ ਜਿਹੜੀ ਉਹ ਮਿਲ ਜੂਗੀ, ਲਾਸਟ ਤੱਕ ਸਾਡੇ ਨਾਲ ਜੁੜੇ ਰਹੋ। ਅਤੇ ਦੀਦੀ ਨੇ ਅੱਖਾਂ 'ਚ ਲੈਂਸ ਪਾ ਤੇ ਅਤੇ ਬੜੇ ਸੋਹਣੇ ਲੱਗਣੀਆਂ ਅੱਖਾਂ, ਅਤੇ ਹੁਣ ਬਾਕੀ ਦੇਖਦੇ ਹਾਂ ਮੇਕਅਪ ਵਿਚਾਰੇ ਸਿਰ ਸਿਰ ਮੇਲੇ ਖੇਚ ਲਗੇ। ਅਤੇ ਖੁਸ਼ ਦਾ ਹੇਅਰ ਸਟਾਈਲ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਬਹੁਤ ਘੈਂਟ ਹੀ ਹੁੰਦਾ, ਅਤੇ ਮੇਕਅਪ ਤਾਂ ਮੇਰਾ ਹਮੇਸ਼ਾ ਇੰਨਾ ਕੁ ਹੀ ਹੁੰਦਾ ਜਿੰਨ 'ਚ ਜ਼ਿੰਦਗੀ ਰਹੂਗੀ, ਹੈ ਨਾ ਦੀਦੀ। ਅਤੇ ਚਲੋ ਆਪਾਂ ਰੈਡੀ ਹੁੰਦੇ ਹਾਂ, ਸਾਡੇ ਲਾਈਟ ਨਹੀਂ ਆਉਂਦੀ, ਹੇਅਰ ਡੂ ਦੀ ਟੈਨਸ਼ਨ ਪਈ, ਬਾਕੀ ਮੇਕਅਪ ਮੇਰਾ ਹੋ ਗਿਆ ਦੀਦੀ ਕਰਨ ਦੇ, ਬਸ ਲਿਪਸਟਿਕ ਕਰਾ ਗਈ। ਸਹੀ ਲੱਗਦਾ ਦੀਦੀ ਕਲਰ, ਹੈ ਨਾ ਕਲਰ ਸੋਹਣਾ ਲੱਗਦਾ। ਅਤੇ ਮੇਕਅਪ ਦਾ ਨਾਲ ਨਾਲ ਦੇਖਣ ਨੂੰ ਮਿਲਦਾ, ਫੇਸ ਦਾ ਮੇਕਅਪ ਹੋ ਗਿਆ, ਬਸ ਸਾਡੇ ਨਾਲ ਲਾਈਟ ਦੀ ਬਸ ਪ੍ਰੋਬਲਮ, ਅਤੇ ਧੁੱਪ ਲੱਗ ਗਈ ਸਾਡੇ 'ਚ, ਖੁਸ਼ੀ ਵਾਲੀ ਗੱਲ ਇਹ, ਫੰਕਸ਼ਨ ਦਾ ਵਧੀਆ ਨਿਕਲ ਜੂਗਾ। ਅਤੇ ਬਾਕੀ ਹੇਅਰ ਸਟਾਈਲ ਦਾ ਵੇਖਦੇ, ਕੁਛ ਨਾ ਕੁਛ ਤਾਂ ਕਰਨਗੇ ਵਿਚਾਰੇ, ਮਿੱਡੀ ਮੁੱਡੀ ਬਣਾ ਕੇ, ਹੈ ਨਾ ਦੀਦੀ। ਹਾਂਜੀ, ਹੁਣ ਧੁੱਪ ਸਾਡੇ ਮੌਸਮ ਮੇਰਾ ਬਹੁਤ ਜ਼ਿਆਦਾ ਵਧੀਆ ਹੋ ਗਿਆ, ਪਰ ਇਹ ਕਿ ਜਿੱਦਾਂ ਤਿਆਰ ਹੋਈ ਨਾ ਮੇਕਅਪ ਕਰਵਾ ਲਿਆ, ਅਤੇ ਮੇਰਾ ਜਿਹੜਾ ਦੂਸਰਾ ਕਹਿਣਾ ਤਾਂ ਹੇਅਰ ਸਟਾਈਲ ਹੈ, ਇੱਥੇ ਲਾਈਟ ਨਹੀਂ ਆਉਂਦੀ ਅਤੇ ਉਹਦੇ ਕਾਰਨ ਕਰਕੇ ਹੋ ਗਿਆ ਖਰਾਬ, ਮਤਲਬ ਉੱਥੇ ਫਿਰ ਮੈਂ ਆਪਣੇ ਸਹੁਰੇ ਜਾ ਕੇ ਮੇਕਅਪ ਵੇ ਕੇ ਕਰਾ, ਅਤੇ ਹੁਣ ਸਹੁਰੇ ਜਾ ਕੇ ਆਪਣੇ ਦੂਜਾ ਮੇਕਅਪ ਹੇਅਰ ਸਟਾਈਲ ਕਰਾਉਣਾ, ਅਤੇ ਉੱਥੇ ਲਾਈਟ ਆਉਂਦੀ ਹੀ ਆ, ਅਤੇ ਇਸ ਕਰਕੇ ਹੁਣ ਆਪਾਂ ਚੱਲਦੇ ਹਾਂ ਇੱਥੋਂ, ਅਤੇ ਬੜੀ ਪ੍ਰੋਬਲਮ ਆਉਂਦੀ, ਕਦੇ ਉੱਧਰ ਕਦੇ ਇੱਧਰ, ਕਦੇ ਗੇੜੀ ਵਿੱਚ ਜਾਂਦੇ ਆ ਜੇ ਚੰਗੀ ਤਰ੍ਹਾਂ। ਅਤੇ ਅੱਜ ਇਹ ਵੀ ਧੁੱਪ ਲੱਗ ਗਈ ਆ, ਸਾਰੇ ਕਹਿੰਦੇ ਸੀ ਕਿ 9 ਵਜੇ ਧੁੱਪ ਲੱਗ ਜਾਣੀ, ਪਰ ਲੱਗ ਗਈ, ਮਹਾਰਾਜ ਜੱਪੀ ਜਾਂਦੇ ਸਾਰਿਆਂ ਦਾ ਰੱਖਾ ਹੁੰਦਾ। ਹਾਂਜੀ, ਅੱਜ ਦੀਦੀ ਜੋ ਤੁਸੀਂ ਵੇਖ ਸਕਦੇ ਫੁੱਲ ਲੁੱਕ 'ਤੇ ਮੈਂ ਬਿਲਕੁਲ ਰੈਡੀ ਹੋ ਗਈ ਹਾਂ, ਅਤੇ ਹੇਅਰ ਸਟਾਈਲ ਜਿਹੜਾ ਬਹੁਤ ਹੀ ਘੈਂਟ ਹੋਇਆ, ਅਤੇ ਮੇਕਅਪ ਵੀ ਤੁਸੀਂ ਵੇਖ ਸਕਦੇ ਹੋ, ਅਤੇ ਇਹ ਸੂਟ 'ਤੇ ਮੈਂ ਬਹੁਤ ਟਾਈਮ ਦੀ ਵੇਟ ਸੀ, ਕਿਉਂਕਿ ਮੈਂ ਕਾਫੀ ਟਾਈਮ ਤੋਂ ਪਹਿਲਾਂ ਬਣਵਾ ਕੇ ਰੱਖਿਆ ਹੈ ਕਿ ਮੈਨੂੰ ਪਸੰਦ ਸੀ, ਅਤੇ ਦੀਦੀ ਨੇ ਮੇਕਅਪ ਦੇ ਵਿੱਚ ਬਹੁਤ ਸੋਹਣਾ ਕੀਤਾ, ਪੂਰੀ ਮੈਂ ਪੰਜਾਬੀ ਲੁੱਕ ਲਿਆਉਂਦੀ, ਲੱਕੀ ਵਗੈਰਾ ਪਾ ਕੇ ਅਤੇ ਸੂਟ ਵੀ, ਅਤੇ ਅੱਜ ਇਹਨਾਂ ਨੇ ਮੈਨੂੰ ਇਹ ਹੇਅਰ ਸਟਾਈਲ ਇੱਦਾਂ ਦਾ ਕੀਤਾ ਕਿ ਬੱਚੇ ਦੇ ਨਾਲ ਕੰਫਰਟੇਬਲ ਵੀ ਰਹੂਗਾ, ਅਤੇ ਉੱਦਾਂ ਵੀ, ਅਤੇ ਮੇਕਅਪ ਮੈਨੂੰ ਬਹੁਤ ਬਹੁਤ ਘੈਂਟ ਲੱਗਦਾ, ਅਤੇ ਇਹਨਾਂ ਦਾ ਮੈਂ ਹਮੇਸ਼ਾ ਹੀ ਤੁਹਾਨੂੰ ਪਤਾ ਇੰਨਾ ਕੁ ਮੇਕਅਪ ਕਰਾਉਂਦੀ ਹਾਂ, ਇਹਨਾਂ ਦਾ ਮੈਂ ਨੰਬਰ ਮੈਨਸ਼ਨ ਕਰ ਦੂੰਗੀ, ਅਗਰ ਤੁਸੀਂ ਯੂਟਿਊਬ 'ਤੇ ਵਲੋਗ ਵੇਖਦੇ ਪਏ ਹੋ ਕੋਈ ਵੀ ਤੁਹਾਨੂੰ ਮਤਲਬ ਪਾਰਟੀ ਫੰਕਸ਼ਨ ਹੋਵੇ, ਤੁਸੀਂ ਵੀ ਸੋਹਣੇ ਸੋਹਣੇ ਲੁੱਕ ਵਾਸਤੇ ਜਿਹੜਾ ਰੈਡੀ ਹੋ ਸਕਦੇ, ਅਤੇ ਏਅਰਿੰਗਸ ਮੈਨੂੰ ਬਹੁਤ ਪਸੰਦ ਆਏ, ਨੈਕਲੈਸ ਮੈਂ ਜਿਹੜਾ ਬਿਲਕੁਲ ਨਹੀਂ ਵੇਅਰ ਕਰਨਾ ਅਰਕੀ, ਅਤੇ ਗੋਲਡ ਦੀ ਚੈਨ ਜਿਹੜੀ ਉਹ ਬਾਅਦ 'ਚ ਪਾਊਂਗੀ, ਅਤੇ ਆਪਣੀ ਪ੍ਰੋਪਰ ਜਿਹੜੀ ਲੁੱਕ ਆ ਰੈਡੀ ਹੋ ਮੇਰਾ ਸਾਰਾ ਆ ਗਿਆ ਥੋੜਾ ਜਿਹਾ ਬਾਹਰ ਆਏ ਸ਼ੂਟ ਕਰਨ ਅਤੇ
ਅੰਦਰ ਦਾ ਇਹ ਭੋਗ ਦਾ ਸਮਾਪਤੀ ਹੋ ਗਈ ਬਸ ਟਾਈਮ ਲੱਗ ਗਿਆ ਅਤੇ ਛੇਤੀ ਛੇਤੀ ਸਵੇਰੇ ਵਲੋਗ ਲੇਟ ਪਿਆ ਸੀ ਅੱਜ ਕੱਲ੍ਹ ਦਾ ਵਲੋਗ ਅਤੇ ਉਹ ਮੈਂ ਬਿਜ਼ੀ ਬਹੁਤ ਜ਼ਿਆਦਾ ਸੀ ਅੱਜ ਵੀ ਕਾਫੀ ਬਿਜ਼ੀ ਹਾਂ ਸਵੇਰੇ ਹੁਣ ਮੈਂ 12 ਵੱਜ ਗਏ ਹੁਣ ਸ਼ੂਟ ਕਰਨਾ ਸ਼ੁਰੂ ਕੀਤਾ ਇੱਧਰ ਹੋਇਆ ਪੈਰ ਮੈਂ ਤੁਲਕਾ ਲਈ ਅਤੇ ਹਾਂਜੀ ਘਰ 'ਚ ਤੁਹਾਨੂੰ ਪਤਾ ਕੰਮ ਹੋਵੇ ਕੋਈ ਇੱਧਰੋਂ ਖੇਡਦਾ ਕੋਈ ਇੱਧਰੋਂ ਖੇਡਦਾ ਪਤਾ ਨਹੀਂ ਲੱਗਦਾ ਅਤੇ ਹੁਣ ਅਸੀਂ ਉਹ ਵੀਡੀਓਗ੍ਰਾਫਰਾਂ ਨੂੰ ਥੋੜ੍ਹਾ ਜਿਹਾ ਫੋਟੋ ਸ਼ੂਟ ਕਰਨਾ ਹੈ ਉਹ ਗੁਰਨਿਵਾਜ ਦਾ ਉਹ ਕਰਨ ਚੱਲੇ ਫਿਰ ਅਸੀਂ ਆਣ ਕੇ ਘਰ ਕਰਦੇ ਗੁਰਨਿਵਾਜ ਅਜੇ ਵੀ ਅੱਖਾਂ ਮੰਡ ਹੋਈ ਰੋਣ ਦੇ ਫੋਟੋ ਖਿੱਚਣੀਆਂ ਥੋੜ੍ਹੀਆਂ ਜਿਹੀਆਂ ਫਿਰ ਅਸੀਂ ਚੱਲੇ ਅਜੇ ਮੈਂ ਜੁੱਤੀ ਲਿਆ ਕੇ ਆਈ ਨਿੱਕੀ ਜੀ ਬੜੀ ਸੋਹਣੀ ਅਤੇ ਜਤਿੰਦਰ ਉੱਥੇ ਛੱਡ ਆਏ ਤੇ ਤੋਂ ਭੁੱਲ ਗਿਆ ਕੈਬ ਵੀ ਛੱਡ ਹਾਂਜੀ ਹਾਂਜੀ ਸਾਰੇ ਕੈਸਟਾਂ ਤੋਂ ਮਾਫੀ ਚਾਹਵਾਂਗੇ ਕਿਸੇ ਨੂੰ ਇੱਧਰ ਬਹਿਣਾ ਪੈਂਦਾ ਕਿਸੇ ਨੂੰ ਇੱਕੋ ਆਦੀ ਜਗ੍ਹਾ ਮੀਂਹ ਪੈ ਪੈ ਕੇ ਇੰਨੀ ਖਰਾਬ ਹੋ ਗਈ ਆ ਸਾਨੂੰ ਜਗ੍ਹਾ ਥੋੜੀ ਮਿਲੀ ਹੈ ਜਿਹੜੀ ਜਗ੍ਹਾ ਨੇ ਸਾਨੂੰ ਬਹੁਤ ਤੰਗ ਕੀਤਾ ਕਿਉਂਕਿ ਇਹ ਥੋੜੀ ਜਿਹੀ ਜਗ੍ਹਾ ਸੀ ਤੇ ਗੈਸਟ ਸਾਡੇ ਜ਼ਿਆਦਾ ਸੀ ਪ੍ਰੋਗਰਾਮ ਥੋੜਾ ਵੱਡਾ ਕਰਨਾ ਸੀ ਇਸ ਕਰਕੇ ਇਨਵੀਟੇਸ਼ਨ ਸਾਰਿਆਂ ਨੂੰ ਭੇਜੇ ਸੀ ਤੇ ਥੋੜਾ ਜਿਹਾ ਕੰਮ ਖਰਾਬ ਹੋ ਗਿਆ ਇਸ ਕਰਕੇ ਹੁਣ ਇੰਨੇ 'ਚ ਹੀ ਸਾਨੂੰ ਸਾਰਨਾ ਪੈਣ ਡਿਆ ਅਤੇ ਅਜੇ ਵੀ ਭੀੜਾਂ ਸਾਡੇ ਪੂਰੀਆਂ ਪਈਆਂ ਠੀਕ ਠਾਕ ਹੀ ਕੰਮ ਨਹੀਂ ਚੱਲਣ ਡਿਆ ਅਜੇ ਇੰਨਾ ਸੁੱਖ ਤੇਰਾ ਗਿਫਟ ਹੈ ਸੁੱਖ ਤੇਰਾ ਗਿਫਟ ਹੈ ਜੀ ਪਾਲਾ ਹੋਣੇ ਤੇ ਕਦੇ ਲਾ ਸਕੂ ਤੂੰ ਫੜਦੇ ਆ ਮੰਮੀ ਆ ਰਹੀ ਹੈ ਗੋਲਗੱਪ ਖਾਣੀ ਆ ਆ ਕਵਲ ਵੀ ਮੂੰਹ ਵੇਖੀ ਗੋਲਗੱਪਾ ਸਿੱਧਾ ਰੱਖ ਲੈਂਦੀ ਆ ਟੁੰਡੀ ਵੀ ਅਸੀਂ ਵੀ ਨੈਪਕਿਨ ਹੱਥ ਪੁੰਜ ਲਿਆ ਭਾਬੀ ਤਲੀਆਂ ਨਾਲ ਖਾ ਖੰਘ ਬੜੀ ਆਉਂਦੀ ਅਤੇ ਇਹ ਰਟੌਲਾਂ ਵਾਲੇ ਪਹੁੰਚ ਕੇ ਰਟੌਲਾਂ ਵਾਲੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਕੁਲਜੀਤ ਨੂੰ ਮੈਂ ਜਦੋਂ ਦਾ ਵੇਖਣਾ ਪੇਸਟੀਆਂ ਦੇ ਦੁਆਲੇ ਆਇਆ ਇੱਧਰ ਬਾਕੀ ਪਰਾਉਣੇ ਸਾਰੇ ਸ਼ਰੀਫ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਵਧਾਈਆਂ ਜੀ ਤੁਹਾਨੂੰ ਵਧਾਈਆਂ ਮੇਰਾ ਅੱਜ ਬਿਲਕੁਲ ਟਾਈਮ ਨਹੀਂ ਲੱਗਾ ਵਲੌਗ ਸ਼ੂਟ ਕਰਨ ਦਾ ਫਿਰ ਵੀ ਮੈਂ ਕੋਸ਼ਿਸ਼ ਕੀਤੀ ਥੋੜ੍ਹੀ ਜਿਹੀ ਮੈਂ ਕਰ ਹੀ ਦਿੰਦਾ ਮੈਂ ਮੇਰੀ ਭੈਣ ਅਤੇ ਮੇਰੀ ਮਾਮੀ ਬੜੀ ਦੂਰੋਂ ਆਈਆਂ ਦੋਵੇਂ ਹਾਂ ਮਾਮਾ ਜੀ ਠੀਕ ਹੈ ਸੀ ਕਿ ਉਹ ਸਿੰਘੂ ਬਾਰਡਰ ਤੋਂ ਆ ਗਏ ਧਮਾਨ ਵੇਖਣ ਕਰਕੇ ਹੁਣ ਆਏ ਕਹਿੰਦੇ ਕਿੱਥੇ ਆ ਹਾਂ ਸ਼ੁਕਰ ਹੈ ਮੈਂ ਕਿਤੇ ਆਏ ਨਹੀਂ ਦੇਖੇ ਨਹੀਂ ਜਦੋਂ ਦਾ ਮੈਂ ਆਇਆ ਠੀਕ ਹੈ ਸਗਨ ਫੰਡ ਹੀ ਵੇਲਾ ਦੀਪ ਦੀਪ ਨੇ ਬਹੁਤ ਕੰਮ ਖਰਾਬ ਕੀਤਾ ਭਾਜੀ ਆਪਣੀਆਂ ਉਹ ਪਾਉਣ ਡੇ ਸਨੈਪਚੈਟ ਸਟੋਰੀਆਂ ਛੁੱਪ ਕਿਤੇ ਆ ਆਏ ਗਾਏ ਮੈਂ ਅੱਜ ਕੌਣ ਪਾਇਆ ਬਹੁਤ ਸੋਹਣਾ ਤੇ ਮੈਨੂੰ ਬਹੁਤ ਸੋਹਣੀ ਲੱਗਣ ਨਹੀਂ ਮੈਂ ਅੱਜ ਪਰੀ ਲੱਗਣ ਨਹੀਂ ਆ ਚੌਲ ਮਾਰ ਕੇ ਮਾਮੀ ਹਾਂ ਆਂਟੀ ਰੋ ਸਾਡੇ ਵਲੌਗ ਵੇਂਦੇ ਡੇਲੀ ਉਹ ਵੇਖ ਆਵੇ ਚੜ ਤਰਨ ਤਰਨ ਤੋਂ ਆਏ ਆਵੇ ਭੂਆ ਕੁੜੀ ਵੀ ਤਿਆਰ ਹੋ ਕੇ ਇੱਥੇ ਪਹੁੰਚ ਚੁੱਕੀ ਹੈ ਚਾਹ ਪੀ ਕੋਈ ਪਿਉਣ ਨਹੀਂ ਲਿਆ ਅੱਜ ਜੇਠ ਮੇਰੇ ਟੌਰ ਮਾਰ ਲਈ ਅੱਜ ਹਾਂ ਇੱਧਰੋਂ ਕਮਲ ਵੀ ਆ ਗਈ ਤਿਆਰ ਹੋ ਕੇ ਹਾਂ ਮੈਂ ਨਾਨਕਿਆਂ ਦਾ ਸਾਰੇ ਪਰਿਵਾਰ ਆ ਗਿਆ ਘਰੋਂ ਆ ਗਈ ਮਾਸੀ ਵੀ ਟੌਰ ਮਾਰ ਕੇ ਨਾਨੀਆਂ ਵੀ ਪੂਰੀ ਹਿੰਮਤ ਤਾਂ ਬੜਾ ਪਹੁੰਚੀ ਜਿਹੜਾ ਜ਼ੋਰ ਹੈਗਾ ਲਾ ਤਾ ਸਾਰੇ ਨਾਲ ਕੌਣ ਆ ਕੌਣ ਆ ਜਵਾਈ ਛੇੜਾ ਖਾਨੀਆਂ ਕਰਦਾ ਵੀ ਕੋਈ ਗੱਲ ਹੈ ਆਹੋ ਇਹ ਤੇ ਗੱਲ ਹੈ ਜਵਾਈਆਂ ਵਾਲੀਆਂ ਗੱਲਾਂ ਵੀ ਰੱਖੀਆਂ ਚੱਲ ਬੋ ਮਾਸੀ ਟੌਰ ਮਾਰ ਕੇ ਜਾ ਚਾਹ ਪੀ ਜਾ ਨਹੀਂ ਹੀਲ ਨਾ ਪਿਆ ਨਾ ਤਰਾਲੀ ਮੁੜੀ ਕਹੇ ਕਿੰਨਾ ਕਰ ਗਈ ਮੈਂ ਪੈਰ ਇੱਧਰ ਹੋ ਗਿਆ ਨਹੀਂ ਥੋੜੀ ਜਿਹੀ ਲੇਟ ਹੋ ਗਈ ਹੁਣ ਪਹੁੰਚ ਗਈ ਆ ਚਾਹ ਪਾਣੀ ਪੀਓ ਨਾਨੀ ਜੀ ਮੈਂ ਚੰਗੀ ਤਰ੍ਹਾਂ ਫੋਟੋ ਖਿੱਚ ਹਾਂ ਦੱਸ ਨਹੀਂ ਨਾ ਪੱਜੇ ਦਾ ਕਰਨੇ ਪਹਿਲਾਂ ਵਾਈ ਤੋਂ ਸਹੀ ਗੱਲ ਤਾਂ ਸਾਰਾ ਕੁਝ ਸੈੱਟ ਹੋ ਗਿਆ ਮੁੰਡਾ ਵੀ ਠੀਕ ਹੋ ਗਿਆ ਤੇ ਥੋੜਾ ਮੈਂ ਠੀਕ ਆ ਨਾਨੀ ਤੋਂ ਆਪਣੀ ਤੋਂ ਤੇ ਮੌਸਮ ਵੀ ਇੰਨਾ ਸੋਹਣਾ ਹੋ ਗਿਆ ਹੁਣ ਸਾਰੇ ਕੰਮ ਵਧੀਆ ਹੁਣ ਉਹਨੂੰ ਕਹਿ ਦਿਓ ਆਖਣੀਆਂ ਦੀ ਵੀ ਇੱਕ ਸਾਈਡ ਤੇ ਕੁਰਸੀਆਂ ਵਾਲਾ ਵੀ ਜਿਹੜਾ ਮਰਦਾ ਆ ਗਿਆ ਅੱਖਾਂ ਵੀ ਤੇ
ਕਵਰ ਵੀ ਰੈਡੀ ਪੂਰੀ ਹੋ ਗਈ ਆ। ਅੱਜ ਦੀਪ ਦੀਦੀ ਨੇ ਸੂਟ ਜਿਹੜਾ ਪਾਇਆ, ਕਮਲ ਨੇ ਸੂਟ ਪਾਇਆ, ਸੁੱਖ ਨੇ ਪਾਇਆ, ਮੈਂ ਪਾਇਆ, ਸਾਰੀ ਦੇਖ ਸਕਦੇ ਆ, ਸਾਰੇ ਸੋਹਣੇ ਲੱਗਣ ਦੇ, ਠੀਕ ਹੈ ਨਾ, ਸੋਹਣਾ ਲੱਗਣ ਦੇ ਕਮਲ ਸੂਟ ਪਾਇਆ। ਕਮਲ ਨੇ ਮੈਨੂੰ ਕਹਿਣਾ ਨਹੀਂ, ਮੈਂ ਕਹਿਤਾ, ਮਤਲਬ ਮੈਂ ਦਿਓਰ ਵੀ ਆ ਗਈ। ਹਾਂ ਮੈਂ ਆਪਣੀ ਆਵਾਜ਼ ਚੁੱਕਿਆ ਹੈ ਨਾ, ਇਹ ਵੀਡੀਓ ਬੜੀ ਬਣਾਉਂਦਾ ਮਾਸੀ ਨੂੰ। ਹਾਂ ਮੇਰੀ ਭੈਣ ਆ ਗਈ ਆ ਇੱਧਰੋਂ, ਮਾਸੀ ਜਿਹੜੀ ਸਾਰੇ ਅਤੇ ਭਾਬੀ ਜਿਹੜੀ ਸਾਰੇ ਆ ਪਹੁੰਚੇ ਆ। ਹਾਂ ਮੇਰੀ ਕਿਊਟ ਜੀ ਮਤੀ ਵੀ ਆ ਗਈ ਹੈ ਨਾ, ਹਾਂ ਆਪਣੇ ਆਇਆ ਨਾ, ਇਹ ਤਾਂ ਬਹੁਤ ਸੋਹਣਾ ਆ। ਹੁਣ ਆ ਮੇਰੀਆਂ ਭੈਣਾਂ ਦੋਵੇਂ ਜਿਹੜੀਆਂ ਤਿਆਰ ਹੋ ਗਈਆਂ, ਇੱਧਰ ਮੈਚਿੰਗਾਂ ਸ਼ਾਦੀਆਂ ਕੀਤੀਆਂ, ਦੁਕਾਨਾਂ ਪਛਾਣੀਆਂ ਨਹੀਂ ਜਾ ਰਹੀਆਂ ਅੱਜ, ਅਤੇ ਆ ਦੀਦੀ ਹੋਣੀ ਵੀ ਆ ਚੁੱਕੇ ਆ, ਅਤੇ ਜਨਰੇਟਰ ਦੀ ਪਿੱਛੇ ਆਵਾਜ਼ ਬੜੀ ਹੁੰਦੀ, ਮੇਰੇ ਸਾਨੂੰ ਉੱਚੀ ਬੋਲਾਂ ਪੈ ਜਾ, ਸਾਰੇ ਬਹੁਤ ਸੋਹਣੇ ਲੱਗਣ ਦੇ। ਅਤੇ ਆਹ ਮੇਰੇ ਨਾਲ ਹਮੇਸ਼ਾ ਹੀ ਸਰਕਲ ਦੀ ਮੈਚਿੰਗ ਹੁੰਦੀ ਹੈ, ਕਿਉਂਕਿ ਅਸੀਂ ਸੋਹਣੀਆਂ ਬੜੀਆਂ ਨਾ, ਅੱਜ ਅਸੀਂ ਦੀਪ ਵਾਰਡ ਆਹੀ ਬੋਲਿਆ, ਸਾਰੇ ਬਹੁਤ ਸੋਹਣੇ ਲੱਗਣ ਦੇ, ਸੁੱਖ ਦੀ ਵੀ ਬਹੁਤ ਸੋਹਣੇ ਲੱਗਣ ਦੇ, ਅਤੇ ਆਹ ਵੀ ਬਹੁਤ ਸੋਹਣੇ ਲੱਗਣ ਦਿਆ, ਆਹ ਸਾਰੇ ਸੂਟ ਜਿਹੜੇ ਮੇਰੇ ਪਸੰਦ ਦੇ ਬਣਾਏ। ਸਾਰੀ ਮੰਮੀ ਆਏ ਨਗਰ ਤੋਂ, ਹੁਸ਼ਿਆਰਨਗਰ ਤੋਂ ਆਏ ਸਾਰੇ ਜਣੇ, ਦੂਜੇ ਲੇਟ ਹੋ ਗਏ, ਇਹ ਆਣਾ ਦੇ ਬੱਚੀ ਬੇਟੀ, ਆ ਕੁੜੀ ਕਿੱਡੀ ਵੱਡੀ ਹੋ ਗਈ ਮਾਮੀ ਜਿੱਡੀ ਹੈ ਨਾ। ਹਾਂ ਹਮ ਹਮ ਆ ਕੇ ਪਹੁੰਚੀਆਂ ਮਾਸੀਆਂ, ਆਪਣੇ ਇੰਨੇ ਚਿਰ ਦੀ ਵੇਟ ਕਰਕੇ, ਜ਼ੋਰ ਲਾ ਲਾ ਕੇ, ਇੰਨੀਆਂ ਤਿਆਰੀਆਂ ਕਰ ਕਰਕੇ, ਦੂਹੋ ਦੂ ਆਪ ਸ਼ਹਿਰ ਨਹੀਂ ਖਤਮ ਹੋਇਆ, ਇੱਧਰੋਂ ਪਹੁੰਚ ਗਈਆਂ ਭੂਆ ਮੇਰੀਆਂ, ਸਾਰੀ ਭੈਣ ਭਰਾ ਆਉਣ ਲਈ ਦਿਲੋਂ ਸਵਾਗਤ। ਖਾਈ ਜਾਓ ਪਕੌੜੇ ਹੁਣ, ਕਿਉਂ ਤੁਹਾਡਾ ਹੁਣ ਟਾਈਮ ਲੱਗਾ ਹੈ ਘਰ ਵਾਲੇ ਹੋ, ਖਾਣੇ ਨਹੀਂ ਬਣੇ, ਬੰਨਾ ਤਾਂ ਲੱਗਣਾ ਖਾਧੇ, ਦੋ ਤਿੰਨ ਲੈ ਗਏ ਸਾਰੇ, ਆਹ ਮਾਮੀਆਂ ਵੇਖੇ ਕਿਹੜੇ ਪਾਸੇ ਲੱਗ ਰਹੀਆਂ, ਇਹਨਾਂ ਨੇ ਪਲੇਟ ਖਾਲੀ ਕਰਕੇ ਅਗਲੀਆਂ ਨੇ, ਹੁਣ ਥੋੜ੍ਹੀ ਜਿਹੀ ਰਹਿ ਗਏ ਅਤੇ ਫਿਰ ਵੀਡੀਓ, ਮੈਂ ਨਹੀਂ ਲਈ ਮੈਨੂੰ ਮੈਂ ਪਹਿਲਾਂ ਚੋਰੀ ਖਾਧੇ ਸਾਰੇ, ਖਾਣੇ ਚੋਰੀ ਚਾਹੀਦੇ ਜਾਂ ਥੋੜ੍ਹੇ ਥੋੜ੍ਹੇ ਪਾ ਕੇ, ਮੈਂ ਮੰਮੀ ਨੂੰ ਮਿੱਠਾ ਪਾ ਕੇ ਦੇਵਾਂਗੀ, ਨਹੀਂ ਮਾਮੀ ਨੇ ਨੱਚ ਨੱਚ ਕਰੀ ਹੋਏ ਨਾ, ਅਤੇ ਖਾਧਾ ਜੇ ਕੁਛ ਨਹੀਂ, ਭੁੱਖੇ ਢਿੱਡ ਦਾ ਖਾਣਾ, ਸਹੀ ਗੱਲ, ਮੈਂ ਸੁੱਖੀ ਬੈਠੀ ਆ, ਤੇ ਫਿਰ ਆੜੋ ਕਵੇ ਤਾਂ ਮੈਂ ਤਾਂ ਕੁਛ ਖਾਧਾ ਨਹੀਂ, ਮੈਂ ਤਾਂ ਨਹੀਂ ਮਿਲ ਮਿਲ ਕੇ ਹੀ ਰੱਜ ਗਈ ਸਾਰਿਆਂ ਨੂੰ, ਸਹੀ ਆ ਭੈਣ ਭਰਾ ਮਿਲੇ, ਹਾਂ ਜੇ ਪੀਣ ਪਾਪਾ ਕੇ ਕਸਰ ਨਿਕਲ ਜੀ, ਸਹੀ ਆ ਭਾਬੀ, ਚੱਲ ਦੇਣ ਲੈਣ ਕਰ, ਤੂੰ 12 ਵਜ ਗਏ, ਸਾਰੇ ਪਕੌੜੇ ਪਕੌੜੇ ਖਾ ਲੈ, ਨਹੀਂ ਭੈਣ ਪਕੌੜੇ ਪਕੌੜੇ ਖਾ ਲੈਣੇ ਮਾਮੀ ਨੂੰ, ਬੜਾ ਰਹਿ ਗਈ ਮਾਮੀ ਦੇ ਲੈ ਕੇ ਦੇ ਕੇ ਜਾਵਾਂਗੇ ਭੈਣਾ, ਨਹੀਂ ਜੀ ਨਾ ਹੋਈ ਉਹ ਤਾਂ ਨਹੀਂ, ਨਹੀਂ ਭੁੱਖੀ ਕਿੱਥੇ ਨੇ, ਫਿਰ ਕੀ ਆ ਜਮਾਂਗੇ ਤਾਂ ਟਾਈਮ ਹੈ, 5 ਸਾਲਾਂ ਬਾਅਦ ਇਹਨਾਂ ਵੱਲ ਮੇਰਾ ਲਿਆ, ਇਹ ਨਹੀਂ ਆਪ ਚੋਰੀ ਨੇ ਦੇਣਾ ਨਾ, ਤੂੰ ਤੇ ਆਪੇ ਕੀ ਜਿੰਨੀ ਦੇਣ ਲੈਣਾ, ਨਹੀਂ ਮੈਂ 12 ਵਜ ਗਏ ਤੇ ਆਨੇ, ਮੈਂ ਚੱਲ ਲੈ ਜਾ ਰਹੀ ਹਾਂ, ਦੇਣ ਤੋਂ ਪੀਣਾ ਨੇ ਭਾਜੀ ਆ ਰਿਹਾ, ਬਾਕੀਆਂ ਨੇ ਲੈਣੇ ਪਰ ਖਾ ਪੀ ਲੈਣ ਬਚਾਰਾ ਨਾ ਪਹਿਲਾਂ, ਹਾਂ ਮੈਂ ਹੁਣ ਤਾਂ ਰੋਟੀ ਨੰਗੇ ਬਾਅਦ, ਇੰਨੀ ਤਿਆਰੀ ਕਰਨ ਦੇ ਬਾਵਜੂਦ ਤੇ ਹੁਣ ਮਾਸੀਆਂ ਤਿਆਰ ਹੋਈਆਂ ਨਾ, ਬੜੇ ਚਾਹੀਦੀਆਂ, ਮੈਂ ਆਹ ਲਿਆ ਜੋ ਖਰਚੇ ਬੱਚੇ ਸਾਰੇ, ਆਹ ਸੁਰ ਸਿੰਘ ਵਾਲੀ ਭੈਣ, ਆਹ ਭੈਣ ਤੂੰ ਕਿੱਥੋਂ, ਇਹਦਾ ਪਿੰਡ ਦਾ ਨਾਂ ਬੜਾ ਭੈੜਾ, ਐਂ ਸਹੀ ਲੈ ਖੋਦੇ, ਸਾਰੀਆਂ ਮਾਸੀਆਂ ਦਾ ਜ਼ੋਰ ਵੇਖਣਾ, ਤੇ ਮੇਰੀਆਂ ਭਾਬੀਆਂ ਮਾਮੀਆਂ ਲੱਗਦੀਆਂ ਮੇਰੇ ਕਾਕੇ ਦੀਆਂ, ਆਹ ਮਾਮੀਆਂ ਬਹਿ ਜਾਓ ਸਾਰੇ ਜਣੇ ਯਾਰ, ਆ ਜਾਓ ਸਾਰੀਆਂ, ਸਹੀ ਗੱਲ ਸਾਰੀਆਂ ਮਹਾਰਾਜ ਟਾਈਮ ਲਿਆਵੇ ਦਾ ਟਾਈਮ ਲਿਆ ਚਾਰ
ਸਾਰੀਆਂ ਅਧੂਰੀਆਂ ਕਿਉਂਕਿ ਡੀਜੇ ਲੱਗਾ ਜੇ ਡੀਜੇ ਲੱਗਾ ਇਹਨਾਂ ਨੇ ਲੱਗ ਲੁੱਗ ਕੋਈ ਨੀ ਕਿਸੇ ਨੇ ਨਹੀਂ ਐਡੀਆਂ ਤੇ ਪਰੇਸ਼ਾਨ ਹੋਈ ਮਹਾਂ ਰੱਬ ਨੇ ਚਾਹਿਆ ਤੂੰ ਵੱਡੀ ਪਰੇਸ਼ਾਨ ਹੋਈ ਛੋਟੀ ਦਾ ਮਰ ਚੱਲੀ ਭੈਣਾ ਮੈਂ ਤੇ ਇੰਨੇ ਦਿਨਾਂ ਦੀ ਚੋਵੀ ਸਹੀ ਗੱਲ ਉੱਥੇ ਗਏ ਤੈਨੂੰ ਲਾਓ ਵੇਖਣ ਨੂੰ ਮਿਲਿਆ ਤੇ ਭਾਬੀ ਸਾਡੇ ਕੋਲ ਆ ਗਏ ਸਹੀ ਗੱਲ ਇਹ ਲਵਾਰ ਕਿਤੇ ਆਏ ਨੇ ਭਾਬੀ ਸਾਰੇ ਇਕੱਠੀਆਂ ਮੇਰੀ ਦਰਾਣੀ ਤੇਰੀ ਦਰਾਣੀ ਨੇ ਭਰਜਾਈ ਸਹੀ ਗੱਲ ਕਿੰਨੀਆਂ ਗੱਡੀਆਂ ਲੱਗੀਆਂ ਦੂਰ ਤੱਕ ਜਗ੍ਹਾ ਹੀ ਨੀ ਹੈਗੀ ਤੇ ਉਧਰੋਂ ਵੀ ਪਤਾ ਨੀ ਕਿੰਨੀਆਂ ਕੁ ਲੱਗੀਆਂ ਤੇ ਗਰਾਊਂਡ ਚ ਵੀ ਲਵਾਤੀਆਂ ਬੜੀਆਂ ਬਹੁਤ ਸਾਰੇ ਰਿਸ਼ਤੇਦਾਰ ਪਹੁੰਚ ਚੁੱਕੇ ਨੇ ਜਿਵੇਂ ਮਾਸੀ ਦੇ ਕੁੜੀਆਂ ਮਾਮੇ ਦੇ ਕੁੜੀਆਂ ਸਾਰੇ ਜੋਸ ਦੁਰਾਡੇ ਪਹੁੰਚੇ ਨੇ ਭੈਣ ਭਰਾ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਲੇਟ ਆਉਣ ਵਾਲੇ ਪ੍ਰਾਹੁਣੇ ਪਤਾ ਰੱਖਣ ਦੇ ਮਾਮੀ ਤੇ ਮਾਮੀ ਰਹਿਣਾ ਆਣਾ ਮੁੜ ਕੇ ਕਹਿਣਾ ਜਵਾਈ ਮਾਤਾ ਨੇ ਚਾਹ ਪੀਓ ਜਮਨ ਸਾਡੇ ਆਂਟੀ ਵੀ ਪਾਰਸਲ ਤੇ ਮੰਗਾਉਂਦੇ ਰਵਿੰਦਰ ਦੇ ਮੰਮਾ ਆਂਟੀ ਵੀ ਆਨਲਾਈਨ ਮੰਗਾ ਹੈ ਅੱਛਾ ਨਾ ਭੇਜ ਨਾ ਲੇਟ ਹੀ ਹੋ ਗਈ ਤੇ ਇਹ ਤਾਂ ਲੇਟ ਹੀ ਦੇ ਮੇਕਅਪ ਕਰ ਲੇਟ ਹੋਏ ਤੇ ਮਾਲਾ ਮੰਦੀ ਲੇਟ ਹੋ ਗਈ ਨਾ ਇਹ ਜੀ ਉਹਨੇ ਲੇਟ ਹੋ ਜਗਾ ਨਾ ਸਹੀ ਗੱਲ ਹੈ ਉਹਨਾਂ ਦਾ ਟਾਈਮ ਲੱਗਦਾ ਹੈ ਪ੍ਰੋਜੈਕਟ ਹੈ ਉਹਨਾਂ ਦਾ ਟਾਈਮ ਲੱਗਦਾ ਹੈ ਸਹੀ ਗੱਲ ਹੈ ਆਵੇਂ ਮਾਮੇ ਨੇ ਕਿਹਾ ਹੁਣ ਪੰਪ ਤੇ ਹੱਥ ਲਾ ਇੱਕ ਵਾਰ ਜਾਂ ਵਿਆਹ ਤੇ ਰਸਮੀ ਆ ਨੂੰ ਗਾਤਾ ਕਰਾਉਣੀ ਆ ਉਹ ਇਹਨਾਂ ਤੋਂ ਨਾ ਫੌਜੀ ਤੇ ਆਇਆ ਨਹੀਂ ਤੇ ਇੰਨੇ ਸਭ ਕਿਹਾ ਹੀ ਆਉਣਾ ਤੇ ਤਾਂ ਆਇਆ ਨਹੀਂ ਤੇ ਇੰਨੇ ਜਲਦੀ ਤਾਂ ਕੋਈ ਹੋਰ ਆ ਗਿਆ ਹਾਂ ਭਾਬੀ ਦੀ ਗਾਂ ਭਾਬੀ ਆਈ ਅੱਜ ਭਾਬੀ ਭਾਬੀ ਆਉਣੀ ਭਾਬੀ ਭਾਬੀ ਦੀ ਗਾਂ ਭਾਬੀ ਆਈ ਭਾਬੀ ਹੋ ਗਈ ਡਬਲ ਭਾਬੀ ਦਾ ਬਣਾਉਂਦਾ ਆ ਗਿਆ ਨਾ ਮਾਮੀ ਜੀ ਮਿਲਾਂ ਦਾ ਆਉਂਦੀ ਮਿਲਦੀ ਛੁੱਟੀ ਮਣੀ ਭਾਜੀ ਵੀ ਵੇਖ ਲੈਣਗੇ ਮੇਰੀ ਭੈਣ ਆਈਆਂ ਨਾਨਕਾ ਮੇਲਾ ਤੇਰੇ ਭੈਣਾ ਮੇਰਾ ਕਿੰਨੀਆਂ ਵਡਣ ਜੋਗੀਆਂ ਦੋ ਤਿੰਨ ਚਾਰ ਪੰਜ ਛੇ ਕਰੋ ਨਹੀਂ ਭੈਣਾ ਵਡਣ ਜੋਗੀਆਂ ਕਿਉਂ ਜਦੋਂ ਆਇਆ ਕਰਦੇ ਘਰ ਰੋਣ ਲੱਗ ਜਾਏਗਾ ਕਰਮਾਂ ਵਾਲੇ ਨੇ
ਹੁੰਦੀਆਂ ਨੇ ਮੇਰੇ ਵਰਗੀ ਤਰਸਦੀ ਆ ਉਹ ਮੇਰੀ ਕੋਈ ਨਹੀਂ ਹੈਗੀ ਮੇਰੇ ਵਰਗੀ ਤਰਸਦੀ ਵੇਂਦੀ ਆ ਵੀ ਕੋਈ ਆ ਰਿਹਾ ਨਾ ਭਾ ਹੈ ਚਮੜੀ ਜਾਣਾ ਆਇਆ ਮਾਸੀ ਨੂੰ ਆਏ ਤੇ ਪਰ ਆਏ ਤੇ ਜਰੂਰ ਹੈ ਚੰਗਾ ਲੱਗਾ ਪਰ ਇੰਨੀ ਖੇਚਲ ਕਰਕੇ ਇਹ ਨੀ ਸਾਨੂੰ ਚੰਗੀ ਲੱਗੀ ਖੇਚਲ ਨੀ ਕਰਨੀ ਚਾਹੀਦੀ ਭਾਬੀ ਸਭ ਤੋਂ ਲੇਟ ਆ ਭਾਜੀ ਆਏ ਤੇ ਇਹ ਲੈ ਕੇ ਨੀ ਆਏ ਆਪਣੀ ਵਹੁਟੀ ਨੂੰ ਮੇਰੀ ਭੈਣ ਨੂੰ ਉਹ ਮੇਰੀ ਭਤੀ ਨੀ ਮੇਰੇ ਵਰਗੀ ਸੋਹਣੀ ਭੂਆ ਮੇਰੀ ਭੂਆ ਤੇ ਚਲ ਗਈ ਮਾਂ ਪਿਓ ਤੇ ਗਈ ਨੀ ਭੂਆ ਵੀ ਰੈਡੀ ਹੋ ਗਈ ਇੱਧਰ ਨਿੱਕੀ ਇੱਧਰ ਮਾਸੀ ਜਿੱਥੇ ਮਰਜ਼ੀ ਹੋਵੇ ਮੁੜ ਕੇ ਆਹ ਕੁੜੀ ਨੇ ਇੱਕੋ ਗੱਲ ਕਹਿਣੀ ਮੈਂ ਕੁਝ ਨਹੀਂ ਖਾਧਾ ਪੀਤਾ ਜੋ ਕਿ ਤਾਈਓ ਤੇਰਾ ਰਹਿੰਦਾ ਮੁੜ ਕੇ ਬਾਅਦ ਜਿਹਨੇ ਬਾਹਰ ਜੀ ਤੇ ਮਜ਼ਾ ਨਹੀਂ ਆਇਆ ਜਲੰਧਰ ਨੂੰ ਪਾ ਲਾ ਗਿਆ ਵੀ ਇੱਕੋ ਜਾਣੀ ਹੈਗੀ ਐਵੇਂ ਮੇਰੇ ਘਰ ਵਾਲੇ ਵਿਚਾਰੇ ਨੇ ਕੁਝ ਨਹੀਂ ਖਾਧਾ ਚੱਲ ਅੱਜ ਮਾਮੀ ਖਾਲੀ ਕਰਕੇ ਘੱਲ ਦੇਣੀ ਮਾਮੀ ਨੇ ਦੁਕਾਨ ਮੈਂ ਤਾਂ ਬਹਿ ਕੇ ਖਾਓ ਏਦਾਂ ਉੱਥੋਂ ਲੱਗ ਜਾਣਾ ਇਧਰ ਭਾਬੀ ਨੇ ਦੁਕਾਨ ਲਾਈ ਭਾਬੀ ਵਧਾਈ ਹੋਵੇ ਨਵੀਂ ਦੁਕਾਨ ਦੀ ਠੀਕ ਹੈ ਠੀਕ ਹੈ ਮਾਸੀ ਸਾਹਮਣੇ ਬੈਠੇ ਚਾਚੀ ਨੇ ਭੈਣ ਤੰਦਾ ਮੈਂ ਚਾਚੇ ਮਿਲਣ ਭੂਆ ਸਾਡੀ ਖਲੋਤੇ ਵੇਖਣ ਡਿਆ ਵਿਖਾਲਾ ਬੁੜੀਆਂ ਨੂੰ ਸ਼ੌਕ ਹੁੰਦਾ ਵੱਡੇ ਭੂਆ ਵੇਖਣ ਡਿਆ ਇੱਧਰ ਭਾਬੀ ਇੱਧਰ ਬੱਬੂ ਭੈਣ ਵੀ ਖਲੋਤੀ ਕੁਲਜੀਤ ਦੀਦੀ ਸਾਰੇ ਜਣੇ ਵਿਖਾਲਾ ਬੁੜੀਆਂ ਨੂੰ ਸਭ ਤੋਂ ਜ਼ਿਆਦਾ ਜਿਹੜਾ ਸ਼ੌਂਕ ਹੁੰਦਾ ਉਹ ਵੇਖਣੀ ਆ ਸਭ ਤੋਂ ਜ਼ਿਆਦਾ ਮਾਸੀ ਬਿੰਦਰ ਡੀ ਜੇ 'ਤੇ ਬੈਠੀ ਮਾਸੀ ਸਪੀਕਰ ਚੱਲ ਗਿਆ ਜੀ ਮੈਂ ਤਾਂ ਰਿਹਾ ਆ ਗਈ ਤੇਰਾ ਪੌਨ ਜੀ ਕਰ ਰਿਹਾ ਤਾਂ ਗਵਾਜਦਾ ਤੇਰਾ ਬਹਾਨੇ ਲੱਭਦੀ ਤੂੰ
ਮੈਨੂੰ ਪਤਾ ਤੇਰਾ ਹੈ ਮੇਰਾ ਬਲਾ ਬਲਾ ਇਧਰ ਲੱਗੇ ਤੇ ਬਹੁਤ ਕਿਊਟ ਲੱਗੇ ਤੇ ਬਹੁਤ ਕਿਊਟ ਰਾਤ ਨੂੰ ਚੇਂਜ ਕਰਕੇ ਆਵਾਂਗੇ ਆਵਿਆ ਭੈਣ ਇੰਨਾ ਚਾਹ ਟੀਜੀ ਦੇ ਨੱਚ ਦਾ ਉੱਥੇ ਕੱਢ ਕੇ ਬਹਿ ਗਈ ਪਹਿਲਾਂ ਕਿੰਨਾ ਚਾਹ ਇਹਨੂੰ ਮੈਂ ਤਿਆਰ ਹੋ ਗਿਆ ਫਿਰ ਇੱਕ ਪੋਜ ਮਾਰੀ ਦਾ ਇਹਨੂੰ ਕਈ ਪੋਜ ਮਾਰ ਆਏ ਸਾਰੇ ਦੁਕਾਨਦਾਰੀ ਵੇਖਣ ਲਈ ਸਾਰੇ ਵੇਖਣ ਗੰਡਾ ਨੀ ਖੁੱਲਾਂ ਦੀਆਂ ਸੂਟ ਲੈ ਗਈ ਸਾਰਿਆਂ ਦੀਆਂ ਪੰਜ ਛੇ ਵਰਦੀਆਂ ਉਹਦੀਆਂ ਗੁਰਨਵਾਜ ਦੀ ਜੁੱਤੀ ਮੇਰੀ ਜੁੱਤੀ ਤੇ ਮੇਰੇ ਸੂਟ ਦੋ ਤੇ ਸਾਰੇ ਲਾਗਣਾਂ ਦੇ ਤੇ ਗੁਰਬੰਦ ਦਾ ਰਹਿਮਤ ਦਾ ਤੇ ਜਿੰਨੀਆਂ ਮਾਸੀਆਂ ਮੁਸੀਆਂ ਸਾਰਿਆਂ ਦੇ ਬਿਸਤਰੇ ਲੈ ਕੇ ਆਏ ਕਿਉਂਕਿ ਅੱਗੇ ਦੇਤੇ ਸੀ ਉਹਨਾਂ ਨੇ ਹੁਣ ਵੱਡੇ ਲੈ ਕੇ ਜਾਈ ਹੁਣ ਦੱਸ ਨੀ ਕੀ ਲੈ ਕੇ ਆਈ ਹੈ ਠੀਕ ਹੈ ਠੀਕ ਹੈ ਘਰ ਵਾਲੇ ਨੂੰ ਹੱਸ ਦਿਆ ਮੁਸ਼ਕਲੀਆਂ ਚ ਇਹਨੇ ਤੁਸੀਂ ਜਾਣਾ ਉਸ ਵੇਲੇ ਕਹਿੰਦਾ ਕੱਢੋ ਸ਼ਰਟ ਚਾਚਾ ਜੀ ਨੇ ਕੱਢਿਆ ਕਹਿੰਦਾ ਚੱਲ ਨਿੱਕੇ ਮਾਮੇ ਕਿੱਡੀ ਪੜ੍ਹ ਲਈ ਸ਼ਾਮ ਪਹਿਲਾਂ ਮਾਮੇ ਦੀ ਨਾ ਵੇਖਣ ਵੀ ਡਿਆ ਧਿਆਨ ਨੀ ਬੜੀ ਦੂਰੋਂ ਆਏ ਤਰਨ ਤਾਰਨ ਤੋਂ ਸਪੈਸ਼ਲ ਅਮਨ ਦੀਦੀ ਹੋਣੀ ਕਰਨ ਵਾਸਤੇ ਤਾੜੀਆਂ ਡੀਆਂ ਤਿਆਰ ਹੋਣ ਕਰ
ਨਵੀਂ ਵੀਰ ਦੀ ਮੰਮੀ ਜਾਣੀ ਕਿ ਮੇਰੇ ਜਿਹੜਾ ਵੀਰ ਜੀ ਉਹਦੀ ਫਰੈਂਡ ਦੇ ਮੰਮਾ ਅਤੇ ਅਸੀਂ ਮਾਂ ਧੀਆਂ ਬਹੁਤ ਕਰਦੇ ਸਹੀ ਗੱਲ ਆ ਅਤੇ ਆਹ ਮਾਸੀ ਦਾ ਹੁਣ ਟਾਈਮ ਲੱਗਾ ਰੋਟੀ ਖਾਂਦਾ ਅਤੇ ਆਹ ਨਾਨੀ ਦਾ ਨਾਨੀ ਰੋਟੀ ਖਾ ਮੇਰੇ ਮੁੰਡੇ ਨੂੰ ਫੜ ਜਾ ਮੰਮੀ ਰੱਜ ਲਾ ਰਾਜ ਅੱਛਾ ਆਹ ਬਰਫ ਵਾਲੀ ਖਾ ਕੇ ਮਗਰ ਇਹਨੇ ਕਾਫੀ ਪੀ ਲੈਣੀ ਸਹੀ ਗੱਲ ਸੰਦੀਪ ਘੱਟ ਹੀ ਪਾਉਂਦੀ ਉਹ ਵੀ ਪਾਇਆ ਵੀ ਜਿੱਦਾਂ ਹੋ ਗਏ ਹੈ ਨਿਆਣਿਆਂ ਨੂੰ ਖਾਣ ਦੀ ਭੂਆ ਆਈਸਕ੍ਰੀਮ ਸਹੀ ਗੱਲ ਆ ਉਹਦੀਆਂ ਰੀਸਾਲਾਂ ਖਾਂਗਾ ਹਾਂ ਉਹ ਭਾਜੀ ਇਕੱਲੇ ਇਕੱਲੇ ਲੱਗੇ ਭਾਜੀ ਲਿਆਈਏ ਕੁਝ ਕਮਲ ਆਪਣੀ ਮੰਮੀ ਲਾ ਕੇ ਬੈਠੀ
ਤੁਹਾਡੇ ਕਰਕੇ ਨੀ ਕੀਤਾ ਪ੍ਰੋਗਰਾਮ ਸੁੱਖਾ ਦੱਸੀ ਜਰਾ ਕਿਹਦੇ ਕਰਕੇ ਪ੍ਰੋਗਰਾਮ ਕੀਤਾ ਲੇਟ ਅਸੀਂ ਇੰਨੇ ਰਿਸ਼ਤੇਦਾਰ ਸਾਨੂੰ ਕਹਿੰਦੇ ਤੁਹਾਡੇ ਕਰਕੇ ਕੀਤਾ ਲੇਟ ਅਸੀਂ ਸਪੈਸ਼ਲ ਤੁਹਾਡੇ ਲਈ ਕੀਤਾ ਸਪੈਸ਼ਲ ਸਪੈਸ਼ਲ ਹੋ ਗਿਆ ਪਾਲ ਤੇ ਰਾਹੁਲ ਬਹੁਤ ਦੂਰੋਂ ਆਏ ਜਲੰਧਰੋਂ ਡਿਊਟੀ ਮੇਰੇ ਨਾਲ ਕਰਦੇ ਉੱਥੋਂ ਆਏ ਜਿੱਥੇ ਰਾਹੁਲ ਨੂੰ ਤੁਸੀਂ ਜਾਣਦੇ ਨੇ ਮਿਲ ਚੁੱਕੇ ਪਾਲ ਨੂੰ ਇੱਕੋ ਵਲੌਗ 'ਚ ਵੇਖਿਆ ਬਾਕੀਆਂ 'ਚ ਨਹੀਂ ਆਇਆ ਅੱਜ ਬਸ ਸਪੈਸ਼ਲ ਆਇਆ ਐਡੀ ਦੂਰ ਚਲੋ ਥੋੜ੍ਹਾ ਨੱਚੀਏ ਗਾਈਏ ਨਾਲ ਤੁਹਾਨੂੰ ਪੰਜਾਬੀ ਕਲਚਰ ਵਿਖਾਈਏ ਮੈਂ ਇਹਦੇ ਫੋਲੋ ਕਰਦੇ ਮੈਨੂੰ ਦੋਵੇਂ ਫੈਨ ਹੈ ਮੇਰੇ ਚੱਲ ਉਹ ਗੱਲ ਵੱਖਰੀ ਆ ਚੱਲ ਆਓ ਚੱਲੀਏ ਅੰਕਲ ਤਸੱਲੀ ਹੋ ਗਈ ਆ ਉਹ ਬੱਲੇ ਅੰਕਲ ਨਹੀਂ ਰੀਸਾਂ ਤੇਰੀਆਂ ਮੁੰਡੇ ਕੋਲ ਥਾਪੀਆਂ ਨਹੀਂ ਵੱਜਣ ਡੀਆਂ ਉਹ ਕੋ ਹੁਣ ਡੀਜੇ ਕਲੀਕ ਬੰਦ ਹੋਇਆ ਤੇ ਆਵਾਜ਼ ਮੇਰੀ ਬਹਿ ਗਈ ਹਾਕਰਾਂ ਮਾਰ ਮਾਰ ਕੇ ਇੱਕ ਇਹਦੀ ਇੱਕ ਸੰਦੀਪ ਦੀ ਫੋਟੋ ਖਿਚਾਉਣੀ ਰਿਕਾਰਡ ਵਿੱਚ ਆ ਭੈਣ ਵੀ ਆ ਗਈ ਫੋਟੋ ਖਿਚਾਉਣਾ ਬਾਕੀ ਦਰਸ਼ਕ ਵੇਖਣ ਦੇ ਮੈਨੂੰ ਹੁਣ ਡੀਜੇ ਘੜੀ ਬੰਦ ਕਰਾਇਆ ਤੇ ਭੈਣ ਨੂੰ ਫੋਟੋਆਂ ਦੀ ਪਈ ਆਪੋ ਆਪਣੀਆਂ ਫੋਟੋਆਂ 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 ਵੀਰ ਥੱਕ ਗਿਆ ਆ ਵੀਰਾਂ ਨੂੰ ਰੈਸਟ ਦਿੱਤੀ ਭਾਬੀ ਨੇ ਕਾਲਾ ਐਂਡ ਚਸ਼ਮਾ ਲਾ ਕੇ ਬਹੁਤ ਡਾਂਸ ਕੀਤਾ ਤੇ ਉਧਰ ਫੋਟੋਗ੍ਰਾਫਰ ਆਪਣੀਆਂ ਫੋਟੋਆਂ ਸੈੱਟ ਕਰਨ ਡਿਆ ਸਰਦੂ ਦੇ ਵਾਲ ਡੈਡੀ ਨੂੰ ਲਿਖ ਲਿਆਈਆਂ ਖਿੱਚ ਕੇ ਫੋਟੋ ਖਿਚਾਉਣ ਵਾਸਤੇ ਅੰਦਰ ਵੇਖਦੇ ਕੌਣ ਕੌਣ ਕੀ ਕਰਨ ਡਿਆ ਭਲਾ
ਨਹੀਂ ਦਿਓ ਕੁੜੀਆਂ। ਥੈਂਕ ਯੂ ਮਾਸੀ। ਨੱਚ ਗਿਆ ਜੀ ਭਾਬੀ ਥੱਕ ਗਈ ਆ ਮਾਮੀ ਹੋ ਭਾਬੀ ਦੀ ਮਾਮੀ ਹੋ ਗਈ ਮਾਮੀ ਕਮਲ ਕਹਿੰਦੇ ਲੜਪੀ ਕਹਿੰਦੇ ਚੱਲ ਚੱਲੀ ਪੇਕੇ ਨਹੀਂ ਚੱਲ ਚੱਲੀ ਆ ਜਾ ਜਾ ਸ਼ਾਂਤੀ ਸ਼ਾਂਤੀ ਹੋ ਮਸਾ ਮੈਂ ਚੰਗਾ ਸਭ ਸ਼ਾਂਤੀ ਹੋ ਮਸਾ ਸਾਡੇ ਘਰ ਸਰ ਵੀ ਪਹੁੰਚੋ ਫੈਮਿਲੀ ਨੂੰ ਲੈ ਕੇ ਪੂਰੀ ਆਪਣੀ ਨੂੰ ਅਤੇ ਬੱਚੀ ਵੀ ਆਈ ਉਹਨਾਂ ਦੀ ਇਹ ਸਭ ਮੇਰਾ ਸਟਾਫ ਆ ਆਹ ਮੇਰਾ ਖਾਸ ਬੰਦਾ ਇਸਕੀ ਕਹਾਣੀ ਹੈ ਕਭੀ ਫਿਰ ਬਤਾਊਂਗਾ ਇਸਕੇ ਕਿੱਸੇ ਭਾਬੀ ਜੀ ਆਪਕੋ ਕੈਸਾ ਲਗਾ ਇਧਰ ਆ ਕੇ ਆਪਕੋ ਮਜ਼ਾ ਆਇਆ ਹਮਨੇ ਰਾਤ ਰੁਕਨੇ ਕੇ ਲਈ ਬੋਲਾ ਥਾ ਲੇਕਿਨ ਪੇਪਰ ਹੈ ਇਸਕਾ ਐਗਜ਼ਾਮ ਹੈ ਕੱਲ ਇਸੀ ਲਈ ਤੋ ਮੈਂ ਰੁਕਾ ਨਹੀਂ ਕਹਿ ਨਹੀਂ ਪਾਇਆ ਆਗੇ ਕੁਛ ਯੇ ਜੋ ਭਾਈ ਸਾਹਿਬ ਹੈ ਨਾ ਯੇ ਜਾਣ ਬੁੱਝ ਕੇ ਨਹੀਂ ਰੁਕ ਰਹੇ ਕਿਉਂਕਿ ਇਨਕੋ ਰਹਿਣਾ ਥੋੜ੍ਹੀ ਮੜਕ ਮੇ ਥੋੜ੍ਹਾ ਬੈੱਡ ਪੇ ਅੱਛੇ ਸੇ ਇਨਕੋ ਆਰਾਮ ਚਾਹੀਏ ਮਖਮਲ ਪੇ ਯੇ ਥੋੜ੍ਹੇ ਅਫਸਰ ਟਾਈਪ ਬੰਦੇ ਹੈ ਨਾ ਇਸ ਲਈ ਯੇ ਹਮਾਰੇ ਗਰੀਬੋਂ ਕੇ ਘਰੋਂ ਮੇ ਨਹੀਂ ਰੁਕਤੇ ਯੇ ਇਨਕੋ ਚਾਹੀਏ ਫਸਟ ਕਲਾਸ ਬੈੱਡ ਲਗਾਓ ਕੰਫਰਟ ਜ਼ੋਨ ਮੇ ਰਹਤੇ ਯੇ ਸਹੀ ਬਾਤ ਚਿੰਦੀ ਕਾਮ ਨਹੀਂ ਕਰਤੇ ਯੇ ਚਿੰਦੀ ਕਾਮ ਨਹੀਂ ਕਰਤੇ ਯੇ ਬਿਜ਼ਨਸਮੈਨ ਬੰਦੇ ਹੈ ਔਰ ਇਨਕਾ ਕਾਮ ਹੀ ਐਸਾ ਬਿਜ਼ਨਸਮੈਨ ਕਹਾਂ ਸੇ ਹੋਗਾ ਪਰ ਵਹੀ ਮੈਂ ਕਹਿ ਰਹਾ ਹੂੰ ਇਨਕੋ ਟਿਕਟ ਚਾਹੀਏ ਵੋ ਵੀ ਫਸਟ ਕਲਾਸ ਹਰ ਚੀਜ਼ ਫਸਟ ਕਲਾਸ ਯਹਾਂ ਹਮ ਦੇ ਨਹੀਂ ਪਾਏਗੇ ਕਿਉਂਕਿ ਗਰੀਬੋਂ ਕੇ ਆਸ਼ਿਆਨੇ ਮੇਂ ਯਹੀ ਕੁਛ ਹੋਤਾ ਹੈ ਕਿਉਂ ਪਾਲ ਯੇ ਬੰਦਾ ਹੀਰਾ ਇਸਕੋ ਕਹੀਂ ਵੀ ਮੇਰੀ ਤਰ੍ਹਾਂ ਫੇਂਕ ਦੋ ਸਭ ਜਗ੍ਹਾ ਸੈੱਟ ਹੋ ਜਾਂਦਾ ਹੈ ਅਰੇ ਭਾਈ ਇਹ ਲੱਗ ਲੋਏ ਬਸ ਦਾਦੂ ਲੈ ਕੇ ਘੁੰਮਣ ਦੇ ਹੁਣ ਗੁਰਨਵਾਲ ਵੇਖਿਆ ਤੂੰ ਕਿੰਨਾ ਫੰਕਸ਼ਨ ਸੀ ਤੇਰਾ ਸੋਹਣਾ ਫੰਕਸ਼ਨ ਵੇਖਿਆ ਨਾ ਗੁਰਨਵਾਲ ਨੇ ਇੱਕੋ ਜਿੱਕੇ ਦਾ ਕਹਿੰਦੇ ਦਾਦੂ ਤੇ ਗੁਰਨਵਾਲ ਦੇ ਨਾ ਨਾ ਤੂੰ ਜਿਆਦਾ ਭੰਗੜਾ ਬਣਾ ਪਾਇਆ ਨੀ ਮੈਂ ਬਹੁਤ ਪਾ ਕੇ ਆਇਆ ਹੁਣ ਮੈਂ ਭਜਾ ਤੇ ਸਾਰੇ ਪੁੱਛੋ ਅੱਛਾ ਠੀਕ ਹੈ ਠੀਕ ਚਲ ਆਇਓ ਫਿਰ ਚੱਲੀਏ ਉੱਧਰ ਆਜੋ ਆਜੋ ਚਾਹ ਪੀਏ ਕਾ ਜਾ ਕੇ ਚਾਹ ਪੀਏ ਹਾਂਜੀ ਹਾਂ ਮੈਂ ਉਹ ਲਗਾਉਣ ਲਾਉਣਾ ਜੇਠ ਜੀ ਦੀ ਖੰਘ ਮਾਰਦੀ ਉਹ ਖੰਘੂਰਾ ਕੇ ਕੀ ਅਰੇ ਜਿੱਦਾਂ ਦੀਦੀ ਆਉਂਦੀ ਮੇਰੇ ਜੇਠ ਨੀ ਹੈਗਾ ਦਿਓਰ ਹੈਗੇ ਨਾ ਦੀਦੀ ਤੂੰ ਦਿਓਰ ਵਾਲ ਵਾਲੀ ਤਾਈਓ ਲਾ ਕੇ ਬੈਠਾ ਭਾਬੀ ਰਿਸ਼ਤਾ ਰਿਸ਼ਤਾ ਕਰਾਵੇ ਉਹ ਕੰਮ ਕਰਨ ਦੀ ਹੋ ਵੇਖੀ ਦਿਓਰਾ ਰਾਖੀ ਰੱਖਣ ਵਿਚਾਰ ਗਰੀਬ ਨਾਲ ਨਾਲ ਰਹਿ ਭਰਾ ਸਾਰੇ ਪਜਾਮੇ ਕੁੜਤੇ ਪਾ ਗਿਆ ਕੀ ਗੱਲ ਈ ਤੇ ਉਧਰੋਂ ਮੇਰਾ ਭਰਾ ਪੈਂਟ ਕੋਟ ਨਵਾਂ ਪਾਇਆ ਵਿਚਾਰੇ ਨੇ ਮਾਮੇ ਨੇ ਪਾਏ ਭੰਗੜਾ ਠੀਕ ਹੈ ਪੈਸੇ ਖਰਚੇ ਸਹੀ ਗੱਲ ਪਤਾ ਦੱਸੀ ਉਹਨਾਂ ਦਾ ਪੈਸੇ ਖਰਚੇ ਆ